ਏवन ਪੰਜਾਬੀ ਨਡਰ ਨਿਰਪੱਖ ਤੇ ਨਮੀ ਸੋਚ ਮੈਂ ਤੁਹਾਡਾ ਦੋਸੋਮ ਸਹੋਤਾ ਤੇ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਨਿਸ਼ਾਨਦੇਹੀ ਮੁੱਦੇ ਦੀ ਅੱਜ ਦੋਸਤੋ ਅਸੀਂ ਇੱਕ ਅਜਿਹੇ ਮੁੱਦੇ ਦੇ ਵਿਸ਼ੇ ਨੂੰ ਲੈ ਕੇ ਮਤਲਬ ਹਾਜ਼ਰ ਹੈ ਉਹ ਵਿਸ਼ਾ ਜਿਹੜਾ ਕਿ ਸ੍ਰੀ ਕਰਤਾਰਪੁਰ ਸਾਹਿਬ ਦੇ ਨਾਲ ਜੁੜਿਆ ਹੋਇਆ ਹੈ ਉਹ ਵਿਸ਼ਾ ਜਿਸ ਦੀ ਅੱਜ ਪੂਰੇ ਸੰਸਾਰ ਦੇ ਵਿੱਚ ਚਰਚਾ ਹੋ ਰਹੀ ਹੈ ਔਰ ਸਿੱਖ ਸੰਗਤਾਂ ਦੇ ਮੈਂ तकरीबन ਸਿੱਖ ਸੰਗਤਾਂ ਇਸ ਕਰਕੇ ਕਹਿ ਰਿਹਾ ਕਿ ਸਿੱਖ ਦਾ ਮਤਲਬ ਹੈ ਸਿੱਖਣ ਵਾਲਾ ਹਰ ਇੱਕ ਸੰਗਤ ਦੇ ਚਿਹਰੇ ਦੇ ਉੱਪਰ ਜੋ ਖੁਸ਼ੀ ਦਾ ਆਲਮ ਦੇਖਣ ਨੂੰ ਮਿਲਦਾ ਹੈ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਦੀ ਕਿਉਰਿਓਸਟੀ ਹੈ ਜੋ ਉਹਨਾਂ ਦੇ ਵਿੱਚ ਉਹ ਦੇਖਿਆ ਹੀ ਬਣਦੀ ਹੈ ਲੇਕਿਨ ਲੇਕਿਨ ਜਦੋਂ ਹੀ ਦੋਹਾਂ ਸਰਕਾਰਾਂ ਦੀ ਸੋਚ ਮਿਲਣ ਲੱਗੀ ਪੋਜ਼ਿਟਿਵ ਹੋਣ ਲੱਗੀ ਤਾਂ ਸਿੱਖ ਸੰਗਤਾਂ ਦੇ ਵਿੱਚ ਜਿਹੜਾ ਜੋਸ਼ ਹੈ ਉਹ ਮਤਲਬ ਦਰਸ਼ਨਾਂ ਦਾ ਜਿਹੜਾ ਜਨੂਨ ਹੈ ਉਹ ਸ਼ਰਿਆਮ ਨਜ਼ਰ ਆਉਣਾ ਸ਼ੁਰੂ ਹੋ ਗਿਆ ਅੱਜ ਵਿਸ਼ਾ ਇਹ ਲੈਣਾ ਕਿ ਆਖਰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਇਹ ਬਾਰ ਬਾਰ ਮੀਡੀਆ ਦੇ ਸਾਹਮਣੇ ਕਿਉਂ ਕਹਿ ਰਹੇ ਨੇ ਕਿ ਇਸ ਦਾ ਪੂਰੇ ਦਾ ਪੂਰਾ ਜਿਹੜਾ ਸ਼ਰੇਹ ਹੈ ਉਹ ਬੀਬਾ ਹਰ ਸਿਮਰਤ ਕੌਰ ਬਾਦਲ ਨੂੰ ਜਾਣਾ ਚਾਹੀਦਾ ਹੈ ਕਿਉਂਕਿ ਉਹਨਾਂ ਨੇ ਮੋਦੀ ਸਾਹਿਬ ਨਾਲ ਗੱਲਬਾਤ ਕੀਤੀ ਹੈ ਔਰ ਉਹ ਹੀ ਇੱਕ ਕਾਰਨ ਹੈ ਕਿ ਮੋਦੀ ਸਾਹਿਬ ਨੇ ਅੱਜ ਜਿਹੜਾ ਸ਼੍ਰੀ ਨਨਕਾਣਾ ਸਾਹਿਬ ਦੇ ਲਾਂਘੇ ਦੀ ਗੱਲ ਨੂੰ ਲੈ ਕੇ ਉਹ ਸਿੱਖ ਸੰਗਤਾਂ ਨੂੰ ਇੱਕ ਬਹੁਤ ਵੱਡਾ ਤੋਹਫਾ ਦਿੱਤਾ ਹੈ ਵਗੈਰਾ ਵਗੈਰਾ ਔਰ ਦੂਜੇ ਪਾਸੇ ਨਵਜੋਤ ਸਿੰਘ ਸਿੱਧੂ ਦੀ ਗੱਲ ਕਰੀਏ ਤਾਂ ਨਵਜੋਤ ਸਿੰਘ ਸਿੱਧੂ ਉਹ ਸ਼ਖਸੀਅਤ ਹੈ ਜੋ ਉਸ ਵੇਲੇ ਪਾਕਿਸਤਾਨ ਦੇ ਵਿੱਚ ਗਏ ਸਨ ਜਦੋਂ ਇਮਰਾਨ ਖਾਨ ਦੀ ਸੌ ਚੁੱਕ ਸਮਾਰੋਹ ਦਾ ਜਿਹੜਾ ਸੀਗਾ ਉੱਥੇ ਇਨਵੀਟੇਸ਼ਨ ਦਿੱਤਾ ਗਿਆ ਔਰ ਨਵਜੋਤ ਸਿੰਘ ਸਿੱਧੂ ਉੱਥੇ ਹਾਜ਼ਰ ਹੋਏ ਔਰ ਉੱਥੇ ਦੇ ਆਰਮੀ ਚੀਫ ਨੂੰ ਗਲੇ ਮਿਲੇ ਵਗੈਰਾ ਜੋ ਉਹਨਾਂ ਦੀ ਗੱਲਬਾਤ ਹੋਈ ਔਰ ਆ ਕੇ ਸਿੱਧੂ ਸਾਹਿਬ ਨੇ ਕਿਹਾ ਕਿ ਉਹ ਲਾਂਗਾ ਖੋਲਣ ਨੂੰ ਬਿਲਕੁਲ ਤਿਆਰ ਬਰ ਤਿਆਰ ਨੇ ਲੇਕਿਨ ਹੁਣ ਖੁੱਲਣ ਜਾ ਰਿਹਾ ਇਸ ਤੇ ਵੀ ਰਾਜਨੀਤੀ ਹੋ ਰਹੀ ਆ ਔਰ ਪੂਰੀ ਗੱਲਬਾਤ ਕਰਨ ਵਾਸਤੇ ਮੇਰੇ ਨਾਲ ਉਗੇ ਪੱਤਰਕਾਰ ਰਜਿੰਦਰ ਰਾਜਾ ਜੀ ਹਮੇਸ਼ਾ ਦੀ ਤਰ੍ਹਾਂ ਜੁੜੇ ਨੇ ਉਹਨਾਂ ਤੋਂ ਪੁੱਛਦੇ ਆ ਕਿ ਆਖਰ ਇਸ ਦਾ ਪੂਰੇ ਦਾ ਪੂਰਾ ਜਿਹੜਾ ਸ਼ਰੇ ਹੈ ਉਹ ਕਿਸ ਪਾਰਟੀ ਨੂੰ ਜਾਣਾ ਚਾਹੀਦਾ ਹੈ ਔਰ ਕਿਸ ਸ਼ਖਸੀਅਤ ਨੂੰ ਜਾਣਾ ਚਾਹੀਦਾ ਹੈ ਰਾਜਾ ਜੀ ਸਭ ਤੋਂ ਪਹਿਲਾਂ ਸਵਾਗਤ ਹੈ ਹਾਂ ਜੀ ਸ਼ੁਕਰੀਆ ਜੀ ਤੁਹਾਡਾ ਵੀ ਬਹੁਤ ਸਵਾਗਤ ਹੈ ਸ਼੍ਰੀ ਕਰਤਾਰਪੁਰ ਸਾਹਿਬ ਦੇ ਲਾਂਘੇ ਨੂੰ ਲੈ ਕੇ ਕरिडोर ਨੂੰ ਲੈ ਕੇ ਜਿਹੜਾ ਆਮ ਮਤਲਬ ਕਾਫੀ ਦਿਨ ਤੋਂ اٹਕਲਾਂ ਚੱਲ ਰਹੀਆਂ ਸਨ ਉਹ ਲੱਗਦਾ ਕਿ ਦੋਨਾਂ ਸਰਕਾਰਾਂ ਨੇ ਇੱਕ ਦੂਜੇ ਦੀ ਸੋਚ ਨੂੰ ਦੇਖਣਾ ਸ਼ੁਰੂ ਕੀਤਾ ਪਰਖਣਾ ਸ਼ੁਰੂ ਕੀਤਾ ਹੈ ਔਰ ਅੱਜ ਆਲਮੇ ਹੈ ਕਿ ਉਹ ਲਾਂਘਾ ਖੁੱਲਣ ਦੀਆਂ ਤਿਆਰੀਆਂ ਦੇ ਵਿੱਚ ਹੈ ਤੁਸੀਂ ਕੀ ਕਹਿਣਾ ਚਾਹੁੰਦੇ ਇਸ ਤੇ ਦੇਖੋ ਸਭ ਤੋਂ ਪਹਿਲਾਂ ਤਾਂ ਇਹ ਹੈ ਕਿ ਪੰਜਾਬ ਦਾ ਆਵਾਮ ਸਮੂਹ ਪੰਜਾਬੀ ਭਾਈਚਾਰਾ ਸਿੱਖ ਖਾਸ ਕਰਕੇ ਜਿਹੜੇ ਵੀ ਨਾਨਕ ਨਾਮ ਲੈਵਾ ਲੋਕ ਨੇ ਉਨਾਂ ਲਈ ਸਭ ਤੋਂ ਇਹ ਖੁਸ਼ੀ ਦੀ ਖਬਰ ਹੈ ਜੀ ਔਰ ਇਹ ਬਹੁਤ ਵਧੀਆ ਜਿਹੜਾ ਕੰਮ ਆ ਹੋਇਆ ਪਹਿਲੀ ਵਾਰੀ ਹੋਇਆ ਔਰ ਮੈਂ ਬੜੀ ਇਮਾਨਦਾਰੀ ਨਾਲ ਇਹ ਕਹਿਣਾ ਚਾਹੂੰਗਾ ਕਿ ਮੈਨੂੰ ਭਾਰਤ ਵਾਲੇ ਪਾਸੋਂ ਬਹੁਤ ਘਟ ਮੀ ਸੀ ਜੀ ਕਿ ਬੀਜੇਪੀ ਦੀ ਗਵਰਨਮੈਂਟ ਹੈ ਜਾਂ ਇਸ ਮਸਲੇ ਨੂੰ ਸਿਆਸੀ ਉਲਝਾਅ ਦਾ ਸ਼ਿਕਾਰ ਬਣਾ ਕੇ ਨਾ ਇਹ ਮਸਲਾ ਵੀ ਜਿਹੜਾ ਨਾ ਉਹ ਠੰਡੇ ਬਸਤੇ ਚ ਪੈ ਜਾਊਗਾ ਜੀ ਪਰ ਚਲੋ ਬਹੁਤ ਵਧੀਆ ਕੰਮ ਬਹੁਤ ਵਧੀਆ ਕੰਮ ਹੋਇਆ ਇੱਕ ਤਾਂ ਸੋਤਾ ਸਾਹਿਬ ਇਹ ਆ ਵੀ ਇਹ ਜਿਹੜਾ ਮਸਲਾ ਨਾ ਇਹ ਨਵਾਂ ਨਹੀਂ ਹੈ ਨੰਬਰ 1 ਕਿਉਂਕਿ 2001 ਵਿੱਚ ਜਿਹੜੇ ਮਰਹੂਮ ਨੇਤਾ ਕਾਲੀਗੜ੍ਹ ਚ ਜਿਹੜੇ ਬਾਤ ਵਿਚਕਾਸ਼ਤ ਹੋ ਗਏ ਸੀ ਜਹੇਦਾਰ ਕੁਲਦੀਪ ਸਿੰਘ ਵਡਾਲਾ ਜੀ ਉਹਨਾਂ ਨੇ ਉੱਥੇ ਅਰਦਾਸ ਦਾ ਪ੍ਰੋਗਰਾਮ ਚਲਾਇਆ ਸੀ ਕਿ ਹਰ ਮਹੀਨੇ ਉਹ ਅਰਦਾਸ ਕਰਦੇ ਸੀ ਕਿ ਜਿਹੜੇ ਗੋਦਵਾਰਾ ਸਾਹਿਬ ਜਿਹੜੇ ਜਿਨ੍ਹਾਂ ਨੂੰ ਪੰਥ ਤੋਂ ਛੋੜ ਦਿੱਤਾ ਗਿਆ ਹੈ ਉਹਨਾਂ ਦੇ ਖੁੱਲੇ ਜਿਹੜੇ ਦਰਸ਼ਨ ਦਿਦਾਰੇ ਕਰਨ ਦਾ ਪ੍ਰਮਾਤਮਾ ਸਾਨੂੰ ਬਲ ਬਖਸ਼ੇ ਤੇ ਸਾਨੂੰ ਉਹ ਸਹੂਲਤ ਪ੍ਰਾਪਤ ਹੋਵੇ ਔਰ ਦੂਜੀ ਗੱਲ ਉਥੇ ਜਿਹੜੀ ਬਾਰਡਰ ਸਕਿਉਰਿਟੀ ਫੋਰਸ ਹੈ ਨਾ ਉਹਨਾਂ ਨੇ ਇੱਕ ਬਹੁਤ ਵੱਡੀ ਦੂਰਬਿਨ ਲਾਈ ਹੈ ਜਿਹਦੀ ਮਤਲਬ 4-5 ਕਿਲੋਮੀਟਰ ਤੱਕ ਬਹੁਤ ਸਾਫ਼ ਦਿਖਦਾ ਤੇ ਜਾ ਡੇਰਾ ਬਾਬਾ ਨਾਨਕ ਹੈ ਜਿਹੜੀ ਬੀਐਸਐਫ ਦੀ ਉਥੇ ਪਿਕਟ ਹੈ ਉਥੋਂ ਉਹ ਦਰਸ਼ਨ ਕਰਵਾ ਦਿੰਦੇ ਆ ਜੀ ਆਮ ਲੋਕ ਉਥੇ ਜਿਹੜੇ ਸ਼ਰਧਾਲੂ ਆ ਨਾ ਮੈਂ ਦੇਖਿਆ ਕਿ ਉਹ ਦਰਸ਼ਨ ਕਰਨ ਤੋਂ ਬਾਅਦ ਨਾ ਉਸ ਤੋਂ ਬਾਅਦ ਹੱਥ ਜੋੜਦੇ ਆ ਹੂੰ ਉਥੋਂ ਹੀ ਮਤਲਬ ਕਿ ਆਪਦਾ ਸਜਦਾ ਗੁਰਨਾਨਕ ਸਾਹਿਬ ਨੂੰ ਸ਼ਰਧਾਲੂ ਕਰਕੇ ਆ ਜਾਂਦੇ ਆ ਹੁਣ ਰਹੀ ਗੱਲ ਦੂਜਾ ਸਵਾਲ ਜਿਹੜਾ ਤੁਹਾਡਾ ਵੀ ਜਿਹੜੇ ਅਕਾਲੀ ਦਲ ਦੇ ਨੇਤਾ ਨੇ ਉਹ ਬੀਬਾ ਹਰ ਸਿਮਰਤ कौर ਬਾਦਲ ਨੂੰ ਇਹਦਾ ਕ੍ਰੈਡਿਟ ਦੇ ਰਹੇ ਨੇ ਇਸ ਗੱਲ ਦੇ ਨਾਲ ਮੈਂ 1% ਵੀ ਸਹਿਮਤ ਨਹੀਂ ਜੀ ਅਕਾਲੀ ਦਲ ਨੂੰ ਜਾਂ ਕਿਸੇ ਸਿਆਸੀ ਪਾਰਟੀ ਨੂੰ ਇਹਦਾ ਲਾਹਾ ਲੈਣ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ ਜੇਕਰ ਅਸੀਂ ਕਾਲੀਦਲ ਦੀ ਗੱਲ ਕਰਦੇ ਹਾਂ ਜਾਂ ਭਾਰਤੀ ਜਨਤਾ ਪਾਰਟੀ ਦੀ ਸਾਂਝੀ ਸਰਕਾਰ ਹੈ ਔਰ ਬੀਬਾ ਬਾਦਲ ਜਿਹੜੇ ਆ ਉਹਦੇ ਚ ਬਹੁਤ ਮਹੱਤਵਪੂਰਨ ਉਹਦੇ ਤੇ ਕੈਬਨਟ ਰੈਂਕ ਦੇ ਮੰਤਰੀ ਹੈ ਤਾਂ ਜਦੋਂ ਇਹ ਚਰਚਾ ਚੱਲੀ ਜੀ ਜਦੋਂ ਤੁਸੀਂ ਕਿਹਾ ਆ ਆਪਦੀ ਭੂਮਿਕਾ ਦੇ ਵਿੱਚ ਜੀ ਕਿ ਇਮਰਾਨ ਖਾਨ ਸਾਹਿਬ ਦੇ ਜਿਹੜਾ ਸ਼ਬਦ ਗ੍ਰਹਿਣ ਜਾਂ ਸੌਂਚ ਚੁੱਕ ਸਮਾਗਮ ਦੇ ਵਿੱਚ ਨਵਜੋਤ ਸਿੰਘ ਸਿੱਧੂ ਗਏ ਦਾ ਉਥੇ ਉਹ ਆਰਮੀ ਚੀਫ ਨੂੰ ਗਲੇ ਮਿਲੇ ਇਹ ਮਾਮਲਾ ਚਰਚਾ ਜਿੱਤਾ ਉਦੋਂ ਆਇਆ ਹੂੰ ਪਰੰਤੂ ਬੀਬੀ ਹਰ ਸਿਮਰਤ ਕੌਰ ਬਾਦਲ ਜਿਹੜੀ ਹੈ ਉਹ ਤਾਂ 4.5 ਸਾਲ ਤੋਂ ਕੈਬਨਟ ਮੰਤਰੀ ਹੈ ਬਿਲਕੁਲ ਔਰ ਮੈਂ ਤੁਹਾਨੂੰ ਯਾਦ ਕਰਾ ਦਿਆਂ ਕਿ ਵਾਜਪਾਈ ਸਾਹਿਬ ਵੇਲੇ ਜਦੋਂ ਇਹ ਮਹਿਮ ਚੱਲ ਰਹੀ ਸੀ ਨਾ ਕਿ ਵਾਜਪਾਈ ਸਾਹਿਬ ਕਸ਼ਮੀਰ ਚੋਂ ਕਹਿੰਦੇ ਵੀ ਬਚਲਾ ਦਿਓ ਕਸ਼ਮੀਰੀ ਜਿਹੜਾ ਆਵਾਮ ਹੈ ਉਹ ਪਾਕਿਸਤਾਨ ਦੇ ਆਪਦੇ ਰਿਸ਼ਤੇਦਾਰਾਂ ਨੂੰ ਮਿਲ ਸਕੇ ਤਾਂ ਉਹਨਾਂ ਨੇ ਬਾਤ ਚ ਲਾਈ ਉਥੇ ਤਾਂ ਉਹਨਾਂ ਨੇ ਜਿਹੜੀ ਬਾਤ ਸਾ ਲਾਹੌਰ ਤੋਂ ਦਿੱਲੀ ਇਹ ਵੀ ਬਸ ਜਿਹੜਾ ਜਾਂਦਾ ਮਤਲਬ ਕਿ ਸਿਹਰਾ ਉਹਨੇ ਚਲਾਇਆ ਬਿਲਕੁਲ ਪਰ ਉਦੋਂ ਸਰਦਾਰ ਸੁਖਬੀਰ ਸਿੰਘ ਬਾਦਲ ਜਿਹੜੇ ਕੇਂਦਰ ਚ ਵਜ਼ੀਰ ਸੀ ਜੀ ਉਹਨਾਂ ਨੇ ਉਦੋਂ ਇੱਕ ਵਾਰੀ ਵੀ ਇਹ ਮੰਗ ਜਿਹੜੇ ਵਾਜਪਾਈ ਸਾਹਿਬ ਹੈ ਨਾ ਉਹਨਾਂ ਅੱਗੇ ਨਹੀਂ ਰੱਖੀ ਹਮ ਕਿ ਬਈ ਸਾਡੇ ਗੁਰੂ ਦਾ ਇਹ ਪਵਿੱਤਰ ਸਥਾਨ ਹੈ ਜੀ ਔਰ ਸਭ ਤੋਂ ਪੁਰਾਣੇ ਜਿਹੜੇ ਗੁਰਦੁਆਰਾ ਸਹਿਬਾਨ ਹੈ ਉਹਨਾਂ ਵਿੱਚ ਇੱਕ ਹੈ ਤੇ ਇਹ ਰਸਤਾ ਉਦੋਂ ਉਦੋਂ ਵੀ ਚੱਲਦੀ ਸੀ ਨਾ ਜੀ ਤੇ ਹੁਣ ਸਾਡੇ 4 ਸਾਲ ਦੇ ਵਿੱਚ ਮੈਨੂੰ ਅਕਾਲੀ ਦਲ ਮੈਂ ਬੜੇ ਸਤਿਕਾਰ ਤੇ ਸ਼ਬਦਾਂ ਨਾਲ ਵੱਡੇ ਬਾਦਲ ਸਾਹਿਬ ਨੂੰ ਵੀ ਇਹ ਕਹਿਣਾ ਚਾਹਾਂਗਾ ਕਿ ਉਹਨਾਂ ਵੱਲੋਂ ਕੋਈ ਮੈਮੋਰੰਡਮ ਸਰਕਾਰ ਨੂੰ ਦਿੱਤਾ ਗਿਆ ਹੋਵੇ ਕੋਈ ਲੋਕ ਸਭਾ ਦੇ ਵਿੱਚ ਕਦੇ ਕੋਈ ਮੰਗ ਠਾਈ ਗਈ ਹੋਵੇ ਵਿਧਾਨ ਸਭਾ ਦੇ ਵਿੱਚ ਕਦੇ ਕਿਉਂਕਿ ਹੁਣ 2 ਸਾਲ ਪਹਿਲਾਂ ਤੱਕ ਤਾਂ ਬਾਦਲ ਸਾਹਿਬ ਹੀ ਮੁੱਖ ਮੰਤਰੀ ਸੀ ਨਾ ਕਦੇ ਉਹਨਾਂ ਨੇ ਇਸ ਤਰ੍ਹਾਂ ਦੀ ਮੰਗ ਠਾਈ ਹੋਵੇ ਜਾਂ ਦਬਾਅ ਪਾਇਆ ਹੋਵੇ ਕਿ ਭਾਰਤ ਸਰਕਾਰ ਜਿਹੜੀ ਹੈ ਉਹ ਗੱਲਬਾਤ ਕਰੇ ਪਾਕਿਸਤਾਨ ਕਦੇ ਵੀ ਨਹੀਂ ਤੇ ਜੇਕਰ ਹੁਣ ਨਵਜੋਤ ਸਿੰਘ ਸਿੱਧੂ ਬੇਸ਼ੱਕ ਉਹ ਬੀਜੇਪੀ ਨੂੰ ਛੱਡ ਕੇ ਕਾਂਗਰਸ ਵਿੱਚ ਸ਼ਾਮਲ ਹੋ ਗਿਆ। ਬਿਲਕੁਲ ਜੇਕਰ ਉਹਨਾਂ ਨੇ ਇਹ ਕੰਮ ਕੀਤਾ ਨਾ ਤੇ ਮੈਂ ਐਪਰੀਸ਼ੀਏਟ ਕਰਦਾ ਉਹਨਾਂ ਨੂੰ। ਹਾਲਾਂਕਿ ਅਸੀਂ ਆਪਾਂ ਤੁਸੀਂ ਮੈਂ ਸਾਰੇ ਅਸੀਂ ਕਿਸੇ ਰਾਜਨੀਤਿਕ ਦਲ ਦੇ ਬਲਾਰੇ ਨਹੀਂ ਆ। ਬਿਲਕੁਲ ਪਰ ਜਿਹੜੀ ਜਦੋਂ ਜੱਫੀ ਭਾਈ ਜਿਵੇਂ ਤੁਸੀਂ ਕਿਹਾ ਆਰਮੀ ਚੀਫ ਨੂੰ ਤੇ ਇੱਥੇ ਹਿੰਦੂਸਤਾਨ ਦੇ ਅੰਦਰ ਵਾਗ ਵਾਲਾ ਕੀ ਮੱਚਿਆ? ਵਿਰੋਧ। ਇਹ ਵੇਖੋ ਸਾਡੇ ਜਵਾਨਾਂ ਦਾ ਕਤਲੇਆਮ ਹੋ ਰਿਹਾ ਸਰਾਤੇ ਤੇ ਇਹ ਉਸ ਦੁਸ਼ਮਨ ਮੁਲਖ ਤੱਕ ਉਹਨੂੰ ਮਤਲਬ ਕਿਹਾ ਗਿਆ ਕਿ ਦੁਸ਼ਮਨ ਮੁਲਖ ਦੇ ਆਰਮੀ ਚੀਫ ਨੂੰ ਜਾ ਕੇ ਸਿੱਧੂ ਸਾਹਿਬ ਜੱਫੀ ਪਾਉਂਦੇ ਆ ਗਲੇ ਗਲੇ ਮਿਲਦੇ ਆ ਉਹਦੀ ਆਲੋਚਨਾ ਤਾਂ ਕੀਤੀ ਗਈ ਕਾਂਗਰਸੀਆਂ ਨੇ ਕੀਤੀ ਬੀਜੇਪੀ ਵਾਲਿਆਂ ਨੇ ਕਿਉਂਕਿ ਬੀਜੇਪੀ ਛੱਡ ਕੇ ਸਿੱਧੂ ਸਾਹਿਬ ਆਏ ਸੀ ਤਾਂ ਈਵਨ ਕਿ ਜਿਹੜੇ ਕਾਂਗਰਸ ਦਾ ਇੱਕ ਵੱਡਾ ਫੈਕਸ਼ਨ ਸੀ ਨਾ ਉਹ ਵੀ ਇਹਦੇ ਵਿਰੁੱਧ ਸੀ ਬਿਲਕੁਲ ਉਹਨਾਂ ਨੇ ਵੀ ਉਹਦੀ ਆਲੋਚਨਾ ਕੀਤੀ ਤੇ ਸਾਨੂੰ ਇਉਂ ਲੱਗਦਾ ਸੀ ਵੀ ਸਿੱਧੂ ਸਾਹਿਬ ਦਾ ਕਦਮ ਤਾਂ ਬਿਲਕੁਲ ਠੀਕ ਹੈ ਜੀ ਪਾਕਿਸਤਾਨ ਵਾਲਿਆਂ ਵੱਲੋਂ ਵੀ ਸਾਰਾ ਕੁਝ ਠੀਕ ਹੋ ਰਿਹਾ ਪਰ ਭਾਰਤਵਾਲ ਤੋਂ ਕੋਈ ਸਟੈਪ ਹੀ ਨਹੀਂ ਚੁੱਕਿਆ ਜਾ ਰਿਹਾ ਹੂੰ ਇਸ ਕਰਕੇ ਇਹ ਵੀ ਜਿਹੜੀ ਉਮੀਦ ਸੀ ਉਹ ਬਹੁਤ ਕੱਟ ਸੀ ਰਹੀ ਗੱਲ ਜਿਹੜੀ ਕ੍ਰੈਡ ਦੇਣ ਦੀ ਜੀ ਉਹ ਮੈਂ ਨਹੀਂ ਸਮਝਦਾ ਵੀ ਇਹ ਕੋਈ ਕ੍ਰੈਡ ਭਾਜਪਾ ਨੂੰ ਜਾਂਦਾ ਇਹ ਕੋਈ ਕ੍ਰੈਡ ਕਾਲੀਦਾਲ ਨੂੰ ਜਾਂਦਾ ਜਾਂ ਕਾਂਗਰਸ ਜਾਂਦਾ ਜੇ ਕੋਈ ਥੋੜਾ ਬਹੁਤ ਕ੍ਰੈਡ ਜਾਂਦਾ ਤਾਂ ਉਹ ਨਵਜੋਤ ਸਿੰਘ ਸਿੱਧੂ ਨੂੰ ਜਾਂਦਾ ਨੰਬਰ 2 ਇਹ ਹੋਇਆ ਕਿਉਂ ਜੀ ਇਹਨੇ ਸਾਲ ਨਹੀਂ ਹੋਇਆ ਆਪਾਂ ਵਿਆਖਿਆ ਕੀਤੀ ਹੈ ਹੂੰ ਹੋਇਆ ਇਸ ਕਰਕੇ ਕਿ ਰਾਜਸਥਾਨ ਦੇ ਵਿੱਚ ਵਿਧਾਨ ਸਭਾ ਚੋਣਾਂ ਬਿਲਕੁਲ ਮੱਧ ਪ੍ਰਦੇਸ਼ ਦੇ ਵਿੱਚ ਵਿਧਾਨ ਸਭਾ ਚੋਣਾਂ ਤਲੰਗਾਨਾ ਦੇ ਵਿੱਚ ਵਿਧਾਨ ਸਭਾ ਚੋਣਾਂ ਮਿਜ਼ੋਰਮ ਦੇ ਵਿੱਚ ਵਿਧਾਨ ਸਭਾ ਚੋਣਾਂ ਹੈਗੀਆਂ ਤਾਂ ਛੱਤੀਸਗੜ ਦੇ ਵਿੱਚ ਚੋਣਾਂ ਤਾਂ ਉੱਥੇ ਜਿਹੜਾ ਤਰਾਈ ਦੇ ਇਲਾਕੇ ਵਿੱਚ ਖਾਸ ਕਰਕੇ ਜੀ ਮੱਧ ਪ੍ਰਦੇਸ਼ ਦੇ ਵਿੱਚ ਕੁਝ ਖਾਸ ਇਲਾਕੇ ਉੱਥੇ ਤੇ ਰਾਜਸਥਾਨ ਚ ਬਹੁਤ ਵੱਡੇ ਪੱਧਰ ਤੇ ਜੀ ਜਿਹੜਾ ਸਿੱਖ ਵੋਟਰ ਹੈ ਨਾ ਉਹ ਬੈਠਾ ਹੈ ਜੀ ਸਿੱਖ ਵੋਟਰ ਦਾ ਜਿਹੜਾ ਉੱਤਰੀ ਜਿਹੜਾ ਰਾਜਸਥਾਨ ਹੈ ਨਾ ਉਹਦੇ ਵਿੱਚ ਸਿੱਖ ਵੋਟ ਜਿਹੜਾ ਪੂਰਾ ਹੀ ਫੈਸਲਾ ਕੋਨਾ ਹੈ ਬਿਲਕੁਲ ਇੱਕ ਤਾਂ ਬੀਜੇਪੀ ਨੇ ਇਹ ਸੋਚਿਆ ਬੀ ਮੁਸਲਮਾਨ ਕਰੀਬ ਕਰੀਬ ਸਾਡੇ ਨਾਲ ਨਾਰਾਜ਼ ਹੈ ਬਿਲਕੁਲ ਨਾਰਾਜ਼ ਹੈ ਹਿੰਦੂ ਕਿਉਂਕਿ ਮੰਦਿਰ ਨਹੀਂ ਬਣਿਆ ਉੱਥੇ ਆਰਾਮ ਮੰਦਿਰ ਨਹੀਂ ਬਣਿਆ ਉਸ ਕਰਕੇ ਨਾਰਾਜ਼ ਹੈ ਈਸਾਈ ਪਹਿਲਾਂ ਹੀ ਬੀਜੇਪੀ ਨਾਲ ਹੈ ਨਹੀਂਗੇ ਬਿਲਕੁਲ ਹੈ ਨਹੀਂ ਉਹਨੂੰ ਆਪ ਦਾ ਜਿਹੜਾ ਵੋਟ ਬੈਂਕ ਨਾ ਇਹ ਖੁਸਤਾ ਨਜ਼ਰ ਆਉਂਦਾ ਸੀ ਜੀ ਇਸ ਕਰਕੇ ਉਹਨੇ ਸਿੱਖਾਂ ਦੀ ਹਮਦਰਦੀ ਦਾ ਕਰਨ ਵਾਸਤੇ ਹਮਦਰਦੀ ਲੈਣ ਵਾਸਤੇ ਬੀਜੇਪੀ ਨੇ ਇਹ ਜਿਹੜਾ ਨਾ ਮਰਦੀ ਨੇ ਅੱਕ ਚੱਬਿਆ ਬਿਲਕੁਲ ਦਿਲੋਂ ਖੁਸ਼ ਨਹੀਂ ਹੋਏਗੇ ਬੇਸ਼ੱਕ ਮੈਂ ਇਹ ਕਹੂੰਗਾ ਕਿ ਲੱਖ ਮਤਲਬ ਇੱਕ ਤਲਾਫਾਕ ਹੋਣ ਦੇ ਬਾਵਜੂਦ ਜਿਹੜਾ ਵੀ ਕੰਮ ਇਹ ਸਰਕਾਰ ਨੇ ਕੀਤਾ ਹੈ ਕਵਰੈਂਟ ਕੀਤਾ ਮੈਂ ਦੀ ਸ਼ਲਾੰਗਾ ਕਰਦਾ ਮੈਂ ਵਧਾਈ ਵੀ ਦਿੰਦਾ ਵੀ ਇਹਨਾਂ ਨੇ ਕੰਮ ਤਾਂ ਬਹੁਤ ਵਧੀਆ ਕੀਤਾ ਪਰ ਕੀਤਾ ਕਿਉਂ ਇਹ ਲੋਕ ਸਭਾ ਚੋਣਾਂ ਵੀ ਹੈ ਮਹੀਨੇ ਦੇ ਵਿੱਚ ਕੀ ਫਾਇਦਾ ਲੈ ਲੈਣਗੇ ਇਹਦਾ ਦੇਖੋ ਲੋਕ ਇੰਨੇ ਸਿਆਣੇ ਹੋ ਚੁੱਕੇ ਨੇ ਰਾਜਾ ਜੀ ਕਿ ਉਹਨਾਂ ਨੂੰ ਪਤਾ ਵੀ ਜੇ ਹੁਣ RAM ਇਹਨਾਂ ਦਿਨਾਂ ਵਿੱਚ ਦੋ ਹੀ ਮੁੱਦੇ ਚਾਏ ਨੇ ਸ੍ਰੀ ਕਰਤਾਰਪੁਰ ਸਾਹਿਬ ਦਾ ਔਰ RAM ਜਨਮ ਭੂਮੀ ਦਾ ਮਤਲਬ ਵੋਟਾਂ ਵਿੱਚ ਸਿਰਫ ਰਾਜਨੀਤਿਕ ਮੁੱਦੇ ਰਹਿ ਗਏ ਸੋਸ਼ਲ ਹਾਂ ਬਿਲਕੁਲ ਉਹ ਸਮਾਜਿਕ ਮੁੱਦੇ ਜਿਹੜੇ ਤੁਸੀਂ ਮੈਂ ਤੁਹਾਡੀ ਗੱਲ ਟੋਕ ਦਿੱਤੀ ਜੀ ਜਿਹੜੇ ਤੁਸੀਂ ਸੋਸ਼ਲ ਮੁੱਦਿਆਂ ਦੀ ਗੱਲ ਕਰਦੇ ਹੋ ਨਾ ਉਹ ਰਾਜਨੀਤਿਕ ਫਰੰਟ ਤੋਂ ਰਾਜਨੀਤਿਕ ਦ੍ਰਿਸ਼ ਤੋਂ ਕਰੀਬ-ਕਰੀਬ ਗਾਇਬ ਹੈ ਗਾਇਬ ਹੈ ਜਿਹੜੀਆਂ ਇਹ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਚਾਹੇ ਉਹ ਹਿੰਦੂਆਂ ਦੀਆਂ ਹੋਣ ਚਾਹੇ ਉਹ ਸਿੱਖਾਂ ਦੀਆਂ ਹੋਣ ਚਾਹੇ ਉਹ ਮੁਸਲਮਾਨਾਂ ਦੀਆਂ ਹੋਣ ਹੁਣ ਉਹ ਮੁੱਦੇ ਜਿਹੜੇ ਆ ਨਾ ਉਹ ਪਾਰੂ ਹੋ ਗਏ ਤੇ ਆਵਾਮ ਵੀ ਅਵੇਸਲਾ ਆਵਾਮ ਨੂੰ ਵੀ ਇਸ ਗੱਲ ਨਾਲ ਕੋਈ ਨਹੀਂ ਔਰ ਦੂਜੀ ਗੱਲ ਮੈਂ ਸਭ ਤੋਂ ਜਿਹੜੀ ਵੱਡੀ ਗੱਲ ਹੈ ਕਿ ਰਸਤਾ ਖੁੱਲ ਜੇ ਜੀ ਦਰਸ਼ਨ ਹੋਣਗੇ ਬਹੁਤ ਵਧੀਆ ਹੋਊਗਾ ਬਹੁਤ ਅੱਛਾ ਬਹੁਤ ਹੱਦ ਤੱਕ ਜਿਹੜਾ ਇੰਤਜ਼ਾਮ ਹੈ ਉਹ ਗੁਰਦੁਆਰਾ ਸਾਹਿਬ ਦਾ ਉਹ ਵੀ ਸਾਡੇ ਕੋਲ ਆ ਜਾਊਗਾ ਪਰ ਇਹਦੇ ਤੋਂ ਇਲਾਵਾ ਜਿਹੜਾ ਸਭ ਤੋਂ ਵੱਡੀ ਗੱਲ ਜੀ ਹੋਰ ਹੋਣੀ ਹੈ ਨਾ ਉਹ ਆ ਦੋਨਾਂ ਮੁਲਕਾਂ ਦੇ ਆਪਸੀ ਸਬੰਧ ਬਿਲਕੁਲ ਆਪਸੀ ਜਿਹੜੇ ਤੱਲੁਕ ਆ ਜੀ ਕਿ ਸਿੱਖ ਲੋਕ ਜਾਣ ਕੱਲੇ ਸਿੱਖ ਨਹੀਂ ਜਾਣਗੇ ਜੀ ਦਰਸ਼ਨ ਕਰਨ ਵਾਸਤੇ ਜਿਹੜੇ Hindu ਲੋਕ ਆ ਉਹ ਵੀ ਜਾਣਗੇ ਮੁਸਲਮਾਨ ਵੀ ਜਾਣਗੇ ਜੀ ਔਰ ਮੁਸਲਮਾਨਾਂ ਦੀ ਗੱਲ ਮੈਂ ਤੁਹਾਨੂੰ ਇਹ ਦੱਸ ਦਿਆਂ 1971 ਦੀ ਜਦੋਂ ਜੰਗ ਹੋਈ ਨਾ ਜੀ ਤਾਂ ਉੱਥੇ ਜਿਹੜਾ ਕਰਤਾਰਪੁਰ ਦਾ ਗੁਰਦੁਆਰਾ ਸਾਹਿਬ ਹੈਗਾ ਜੀ ਤਾਂ ਉਹ ਡੇਰਾ ਬਾਬਾ ਨਾਨਕ ਤੋਂ ਹੈਗਾ 3.5 ਕਿਲੋਮੀਟਰ ਜੀ ਜਿਹੜੀ BSF ਦੀ ਚੌਂਕੀ ਆ ਜੀ ਉਹ 3.5 ਕਿਲੋਮੀਟਰ ਦੇ ਵਿੱਚ ਪੰਜ ਜਿਹੜੇ ਨਾਲੇ ਆ ਨਾਲੇ ਨੇ ਨਦੀ ਵੱਡੇ ਵੱਡੇ ਨਾਲੇ ਆ ਉਹ ਹੁੰਦੇ ਆ ਜਿਨ੍ਹਾਂ ਚੋਂ ਕਿਹੜਾ ਮਹੱਤਵਪੂਰਨ ਨਾਲ ਉਹ ਡੇਕ ਨਾਲਾ ਉਹਦਾ ਨਾਮ ਡੇਕ ਡੇਕ ਹਾਂ ਇੱਕ ਵਈ ਇਸ ਤਰ੍ਹਾਂ ਉਹਦੇ ਤੇ ਪੁਲ ਹੁੰਦਾ ਸੀ 71 ਦੇ ਵਿੱਚ ਦੋਵਾਂ ਮੁਲਕਾਂ ਦੀ ਜੋ ਜੰਗ ਹੋਈ ਨਾ ਉਹ ਜਿਹੜਾ ਪੋਲ ਹੈ ਕੰਕਰੀਟ ਦਾ ਬਹੁਤ ਵਧੀਆ ਪੁਲ ਸੀ ਉਹ ਪਤਾ ਨਹੀਂ ਹਿੰਦੂਸਤਾਨੀ ਫੌਜਾਂ ਨੇ ਤੇ ਪਤਾ ਨਹੀਂ ਪਾਕਿਸਤਾਨੀ ਫੌਜਾਂ ਨੇ ਸੁਰੱਖਿਆ ਦੇ ਨੁਕਤੇ ਨਜ਼ਰੀਏ ਤੋਂ ਉਹਨੂੰ ਟਾਇਟੇਰੀ ਕਰਤਾ ਜੀ ਹਾਂ ਉੱਥੇ ਲੱਕੜ ਦੀ ਕਿਸ਼ਤੀ ਬਣਾ ਕੇ ਦੋ ਕਿਸ਼ਤੀਆਂ ਇੱਕ ਇਧਰ ਜਾਵੜਦੀ ਐ ਇੱਕ ਉਧਰ ਜਾਵੜਦੀ ਐ ਤੇ ਮੋਟਰਸਾਈਕਲ ਸਕੂਟਰ ਕਾਰ ਜੀਬ ਔਲਾਦ ਕਰਾ ਉਹਦੇ ਤੇ ਉਸ ਤਰ੍ਹਾਂ ਜਿਹੜਾ ਨਾਲ ਆ ਉਹ ਬਹੁਤ ਵੱਡਾ ਪਾਰ ਕਰਦੇ ਆ ਉਹਦੇ ਤੇ ਕਰੋੜਾ ਰੁਪਏ ਖਰਚ ਆਉਣਾ ਹੈ ਬਿਲਕੁਲ ਹੈ ਨੰਬਰ 1 ਤਾਂ ਹੈਗਾ ਇਹ ਜੀ ਦੂਜੀ ਗੱਲ ਜੀ ਸਭ ਤੋਂ ਬੜੀ ਮਹੱਤਵਪੂਰਨ ਜਿਹੜੀ ਗੱਲ ਮੈਂ ਦਰਸ਼ਕਾਂ ਨਾਲ ਸਾਂਝੀ ਕਰਨੀ ਚਾਹੁੰਦਾ ਉਹ ਇਹ ਕਿ ਜਿਹੜੀ ਜੰਗ ਹੋਈ ਉਸ ਬਾਰਡਰ ਤੇ ਉਹ ਹੋਈ ਗੁਰਦੁਆਰਾ ਸਾਹਿਬ ਦੇ ਆਸੇ ਪਾਸੇ ਹੂੰ ਕਿੱਡੀ ਵੱਡੀ ਗੱਲ ਇਹ ਹੋਈ ਕਿ ਨਾ ਪਾਕਿਸਤਾਨੀ ਫੌਜ ਨੇ ਤੇ ਨਾ ਭਾਰਤੀ ਫੌਜ ਨੇ ਗੁਰਦੁਆਰਾ ਸਾਹਿਬ ਤੇ ਗੋਲੀ ਨਹੀਂ ਚਲਾਈ ਕੋਈ ਕੋਈ ਨਿਸ਼ਾਨਾ ਨਹੀਂ ਬਣਾਇਆ ਨਾ 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 ਇੱਕ ਬੰਬ ਡਿੱਗਿਆ ਸੀ ਬਹੁਤ ਪਾਸੇ ਕਰਕੇ ਉਹ ਵੈਸੇ ਅਚਾਨਕ ਡਿੱਗ ਪਿਆ ਪਤਾ ਨਹੀਂ ਕਿਹੜੇ ਪਾਸੋਂ ਡਿੱਗਿਆ ਵੀ ਮੁਸਲਮਾਨਾਂ ਨੇ ਹਾਂ ਹਾਲਾਂਕਿ ਭਾਰਤੀ ਫੌਜ ਨੇ ਗੁਰਦੁਆਰਾ ਸਾਹਿਬ ਦੀ ਓਟ ਲਈ ਹੋਈ ਸੀ ਜੇਕਰ ਤੁਸੀਂ ਉਹ ਜੰਗ ਦਾ ਇਤਿਹਾਸ ਪੜ੍ਹੋ ਨਾ ਤੇ ਭਾਰਤੀ ਫੌਜ ਉਸ ਤੱਕ ਪਹੁੰਚ ਪਹੁੰਚ ਗਈ ਸੀ ਪਰ ਮੁਸਲਮਾਨਾਂ ਨੇ ਇਸ ਕਰਕੇ ਗੋਲੀ ਨਹੀਂ ਚਲਾਈ ਵੀ ਉੱਥੇ ਗੁਰਦਾਨ ਸਿੰਘ ਸਾਹਿਬ ਦਾ ਗੁਰਦੁਆਰਾ ਹੈ ਉਹ ਗੋਲੀ ਨਾ ਲੱਗ ਜਾਵੇ ਹਾਂ ਅੱਛਾ ਬੰਬ ਉੱਥੇ ਡਿੱਗਿਆ ਇੱਕ ਕਿਸੇ ਪਾਸੋਂ ਡਿੱਗ ਪਿਆ ਉਹ ਬੰਬ ਨੇ ਕੋਈ ਨੁਕਸਾਨ ਨਹੀਂ ਕੀਤਾ ਉਹ ਉਹਦਾ ਬੰਬ ਹੈ ਨਾ ਉਹ ਲੱਕੜ ਦੇ ਸ਼ੀਸ਼ੇ ਦੇ ਬਹੁਤ ਸਾਰੇ ਵੱਡੇ ਬਕਸੇ ਦੇ ਵਿੱਚ ਉਹ ਅੱਜ ਵੀ ਸੁਰੱਖਿਤ ਉਸ ਗੁਰਦੁਆਰੇ ਦੇ ਵਿੱਚ ਇੱਕ ਯਾਦਗਾਰ ਵਜੋਂ ਰੱਖਿਆ ਹੋਇਆ ਬਿਲਕੁਲ ਹੁਣ ਦੂਜੀ ਗੱਲ ਵੇਖੋ ਤੁਸੀਂ ਕਿ ਅਸੀਂ ਪਾਕਿਸਤਾਨ ਨੂੰ ਇਹ ਤਾਂ ਕਈ ਕਹਿੰਦੇ ਆ ਵੀ ਸਾਡਾ ਦੁਸ਼ਮਣ ਮੁਲਕ ਹੈ ਵੇਖੋ ਸਾਡਾ ਫੌਜੀ ਉਹਨਾਂ ਨੇ ਕਤਲ ਕੀਤੇ ਆ ਹੇਮਰਾਜ ਹੋਰ ਦੂਜੇ ਜਿਹੜੇ ਉਹਨਾਂ ਦੇ ਸਿਰ ਕਤਲੇਆਮ ਕਰਕੇ ਲੈ ਗਿਆ ਚਲੋ ਇਹਦੇ ਪਿੱਛੇ ਕੋਈ ਅਤਵਾਦੀ ਸੰਗਠਨ ਹੋਣ ਜਾਂ ਫੌਜ ਹੋਣ ਮੈਂ ਇਸ ਵਿਸਤਾਰ 'ਚ ਨਹੀਂ ਜਾਣਾ ਕੀ ਹੋਇਆ ਪਰ ਜਿਹੜੀ ਹੁਣ ਤੱਕ ਦੀ ਕਾਰਗੁਜ਼ਾਰੀ ਹੈ ਕਰਤਾਰਪੁਰ ਸਾਹਿਬ ਦੇ ਗੁਰਦੁਆਰਾ ਦੇ ਬਾਰੇ ਚ ਜੀ ਉਹ ਮੈਂ ਪਾਕਿਸਤਾਨ ਦੀ ਤਾਰੀਫ ਕਰੇ ਬਿਨਾਂ ਰਹਿ ਨਹੀਂ ਸਕਦਾ ਬਿਲਕੁਲ ਸਮਝ ਸਿਆਸੀ ਤੌਰ ਤੇ ਮੇਰੇ ਲੱਖ ਮਤਭੇਦ ਹੋ ਸਕਦੇ ਆ ਮੈਂ ਸਰਕਾਰਾਂ ਦੇ ਮਾਮਲੇ ਚ ਲੈਣਾ ਕੀ ਹੈ ਜੀ ਪਰ ਜਿਹੜਾ ਕਰਤਾਰਪੁਰ ਸਾਹਿਬ ਦਾ ਗੁਰਦੁਆਰਾ ਹੈ ਨਾ ਜੀ ਉਹਦਾ ਜਿਹੜਾ ਸਾਰਾ ਇੰਤਜ਼ਾਮ ਆ ਉਹ ਮੁਸਲਮਾਨ ਚਲਾ ਰਹੇ ਆ ਕੀ ਬਾਤ ਹੈ ਜੀ ਉਹਨਾਂ ਨੇ ਗੁਰੂ ਸਾਹਿਬ ਦੀਆਂ ਜਿਹੜੀਆਂ ਨਿਸ਼ਾਨੀਆਂ ਸੀ ਕਿਉਂਕਿ ਗੁਰੂ ਬਾਬੇ ਨਾਨਕ ਨੇ ਉੱਥੇ 18 ਸਾਲ ਜਿਹੜੇ ਜੀਵਨ ਦੇ ਆਖਰੀ ਸਾਲ ਮਹੱਤਵਪੂਰਨ ਸਾਲ ਉਹ ਉੱਥੇ ਜੀਵੇ ਆ ਜਿਹੜਾ ਖੂਹ ਜਿੱਥੋਂ ਉਹਨਾਂ ਨੇ ਖੇਤੀ ਕਰਕੇ ਆਪਦੀ ਸਿੰਜੀ ਪਾਣੀ ਕੱਢਿਆ ਬਲਦਾਂ ਦੇ ਨਾਲ ਤਾਂ ਉਹਨਾਂ ਨੇ ਉਸ ਖੂਹ ਦੀ ਕਿਉਂਕਿ ਬਿਰਧ ਹੋ ਗਿਆ ਖੂਹ ਉਹ ਬਿਲਕੁਲ ਉਹਦੀ ਦੇਖਰੇਖ ਕਰਨ ਦੇ ਵਾਸਤੇ ਲੱਖਾਂ ਰੁਪਈਆ ਪਾਕਿਸਤਾਨ ਦੀ ਸਰਕਾਰ ਨੇ ਖੂਹ ਤੇ ਖਰਚ ਕੀਤਾ ਹੈ ਹਾਂ ਉਹਦੇ ਵਾਸਤੇ ਅੱਛਾ ਵੱਡੀ ਗੱਲ ਏ ਕਿ ਜਿੱਥੇ ਉਹ ਗੁਰਦੁਆਰਾ ਸਾਹਿਬ ਸਥਿਤ ਹੈ ਨਾ ਉੱਥੇ ਆਸ-ਪਾਸ ਕੋਈ ਪਿੰਡ ਨਹੀਂਗਾ ਹੂੰ ਉੱਥੇ ਕੋਈ ਵਸੋਂ ਨਹੀਂਗੀ ਵਸੋਂ ਨਹੀਂ ਹੈਗੀ ਹਾਂ ਬਿਲਕੁਲ ਨਹੀਂਗੀ ਸਿੱਖ ਦਾ ਕੋਈ ਟਾਵਾ ਟਾਵਾ ਹੀ ਆ ਤੇ ਬਹੁਤ ਜਿਹੜੇ ਮੁਸਲਮਾਨ ਕਿਉਂਕਿ ਉਹ ਗੁਰਨਾਨਕ ਸਾਹਿਬ ਨੂੰ ਪੀਰ ਕਹਿੰਦੇ ਆ ਬਿਲਕੁਲ ਉੱਥੇ ਗੁਰੂ ਸਾਹਿਬ ਦੀਆਂ ਜਿਹੜੀਆਂ ਹਸਤੀਆਂ ਨੇ ਇੱਕ ਪਾਸੇ ਉਹਨਾਂ ਨੇ ਸੰਸਕਾਰ ਕੀਤਾ ਚਾਦਰ ਵੰਡ ਕੇ ਜਿਵੇਂ ਤੁਸੀਂ ਕਾਣੀ ਪੜੀ ਆ ਤੇ ਜਿਹੜੇ ਮੁਸਲਮਾਨ ਸੀ ਉਹਨਾਂ ਨੇ ਚਾਦਰ ਨੂੰ ਦੱਬਿਆ ਪਰ ਥੋੜੇ ਚਿਰ ਬਾਅਦ ਹੀ ਦਰਿਆ ਵਿੱਚ ਬਹੁਤ ਵੱਡਾ ਹੜ ਆਇਆ ਤੇ ਉਹ ਦੋਵਾਂ ਨੂੰ ਰੇੜ ਕੇ ਲੈ ਗਿਆ ਇਹ ਸਾਬਤ ਕਰਨ ਵਾਸਤੇ ਵੀ ਬਾਬਾ ਨਾਨਕ ਨਾ ਸਿੱਖਾਂ ਦਾ ਨਾ ਹਿੰਦੂਆਂ ਦਾ ਨਾ ਮੁਸਲਮਾਨਾਂ ਦਾ ਬਾਬਾ ਨਾਨਕ ਤਾਂ ਸਾਰੀ ਮਨੁੱਖਤਾ ਦਾ ਹੀ ਹੈ ਬਿਲਕੁਲ ਬਿਲਕੁਲ ਪਰ ਉਹ ਮੁਸਲਮਾਨ ਜਿਹੜੇ ਆ ਨਾ ਜੀ ਉਹਨਾਂ ਨੇ ਗੁਰਦੁਆਰਾ ਸਾਹਿਬ ਨੂੰ ਕੋਈ ਆਚ ਨਹੀਂ ਆਉਣ ਦਿੱਤੀ ਲੰਗਰ ਦਾ ਇੰਤਜ਼ਾਮ ਕਰਦੇ ਪੂਰਾ ਸਤਕਾਰ ਰੱਖਿਆ ਮੈਂ ਨਾ ਇੰਨਾ ਸਤਕਾਰ ਸਾਡੇ ਜੇਕਰ ਸ਼੍ਰੋਮਣੀ ਕਮੇਟੀ ਕੋਲ ਹੁੰਦਾ ਨਾ ਤਾਂ ਮੈਨੂੰ ਕਹਿਣਾ ਨਹੀਂ ਚਾਹੀਦਾ ਸ਼ਾਇਦ ਉਹ ਸਤਕਾਰ ਨਾ ਹੁੰਦਾ ਜਿੰਨਾ ਮਤਲਬ ਉਹਨਾਂ ਮੁਸਲਮਾਨਾਂ ਨੇ ਇਥੇ ਕੀਤਾ ਹੈਗਾ ਤੇ ਹੁਣ ਸਭ ਤੋਂ ਪਹਿਲ ਕਦਮੀ ਕੀਤੀ ਪਹਿਲ ਕਦਮੀ ਕੀ ਕੀਤੀ ਕਿ ਆਰਮੀ ਚੀਫ ਜਦੋਂ ਆਪਣੀ ਗੱਲ ਸ਼ੁਰੂ ਹੋਈ ਸੀ ਜੀ ਜੀ ਨਵਜੋਤ ਸਿੰਘ ਸਿੱਧੂ ਨੂੰ ਕਲਾਵੇਚ ਲੈ ਕੇ ਜੱਫੀ ਲੈ ਕੇ ਕਹਿੰਦਾ ਕਿ 550 ਸਾਲ ਜਿਹੜੇ ਗੁਰੂ ਸਾਹਿਬ ਦਾ ਆ ਰਿਹਾ ਦਿਹਾੜਾ ਆ ਰਿਹਾ ਤੇ ਅਸੀਂ ਲੰਘਾ ਜਿਹੜਾ ਖੁੱਲਣ ਲਈ ਤਿਆਰ ਹੈ ਤੋਂ ਆਪਦੀ ਸਰਕਾਰ ਨੂੰ ਕਹਿ ਕਹਿ ਅੱਛਾ ਇੱਥੇ ਵਾੜਾ ਖੜਾ ਹੋ ਗਿਆ ਜਿੰਨਾ ਮੂੰਹ ਜਿਹੜੇ ਰਾਜਨੀਤਿਕ ਲੀਡਰ ਹੈ ਨਾ ਇਹਨਾਂ ਦੀ ਸਮਝ ਜਿਹੜੀ ਹੈ ਉਹ ਬੜੀ ਨਗੂਣੀ ਹੈ ਹੂੰ ਜੋ ਮੂੰਹ ਚਾਉਂਦਾ ਬੋਲ ਹੀ ਜਾਂਦੇ ਕਿਸੇ ਨੂੰ ਕੋਈ ਪਤਾ ਹੀ ਲੱਗਦਾ ਕੋਈ ਰਾਜਨੀਤਿਕ ਲੀਡਰ ਚਾਹੇ ਉਹ ਐਮਐਲਏ ਆ ਚਾਹੇ ਉਹ ਐਮਪੀ ਆ ਚਾਹੇ ਉਹ ਕਿਸੇ ਪਾਰਟੀ ਦਾ ਵਕਤ ਹੈ ਉਹ ਬਿਲਕੁਲ ਪੜਦਾ ਨਹੀਂ ਉਹ ਬਿਲਕੁਲ ਸਿੱਖਦਾ ਨਹੀਂ ਕਈ ਵਾਰੀ ਤਾਂ ਇਹੋ ਜਿਹੇ ਵਾਹ ਯਾਦ ਗੱਲਾਂ ਕਰਦੇ ਆ ਮੈਨੂੰ ਕੈਮਰੇ ਸਾਹਮਣੇ ਬੈਠ ਕੇ ਟੀਵੀ ਤੇ ਬੈਠ ਕੇ ਸ਼ਰਮ ਆਉਂਦੀ ਆ ਕਿ ਇਹ ਰਾਜਨੀਤਿਕ ਲੀਡਰਾਂ ਦੀ ਸੋਚ ਦਾ ਦਿਵਾਲਾ ਜਿਹੜਾ ਸੋਤਾ ਸਾਹਿਬ ਉਹ ਇਸ ਕਦਰ ਮਤਲਬ ਨਿਕਲਿਆ ਹੋਇਆ ਹੁਣ ਰਾਜਾ ਜੀ ਮੈਂ ਇੱਕ ਪ੍ਰਸ਼ਨ ਪੁੱਛਣਾ ਚਾਹੁੰਦਾ ਕਿ ਹੁਣ ਫਿਰ ਨਵਜੋਤ ਸਿੰਘ ਸਿੱਧੂ ਨੂੰ ਇਨਵੀਟੇਸ਼ਨ ਆ ਚੁੱਕਾ ਹੈ ਫੋਨ ਆਇਆ ਉੱਥੋਂ ਪਾਕਿਸਤਾਨ ਤੋਂ ਕੀ ਨਵਜੋਤ ਸਿੰਘ ਸਿੱਧੂ ਨੂੰ ਉਸਦੀ ਆਪਣੀ ਪਾਰਟੀ ਜਾਣ ਦੀ ਮਨਜ਼ੂਰੀ ਦੇਵੇਗੀ ਜਾਂ ਨਹੀਂ ਦੂਜਾ ਉਹਨਾਂ ਦੇ ਜਾਣ ਤੇ ਕਿਤੇ ਨਾ ਕਿਤੇ ਕਾਂਗਰਸ ਇਹ ਮਹਿਸੂਸ ਤਾਂ ਨਹੀਂ ਕਰੇਗੀ ਕਿ ਹੁਣ ਕੋਈ ਹੋਰ ਨਾ ਈਸ਼ੂ ਖੜਾ ਹੋ ਜਾਏ ਨਹੀਂ ਉਹਦੇ ਦੋ ਗੱਲਾਂ ਵਿੱਚ ਦੇਖੋ ਇੱਕ ਤਾਂ ਨਵਜੋਤ ਸਿੰਘ ਸਿੱਧੂ ਨੂੰ ਜਾਣ ਦੀ ਮਨਜ਼ੂਰੀ ਕਾਂਗਰਸ ਪਾਰਟੀ ਨਹੀਂ ਦੇਣੀ ਉਹ ਦੇਣੀ ਹੈ ਭਾਜਪਾ ਨੇ ਜੀ ਕਾਂਗਰਸ ਨੂੰ ਕਿਉਂ ਉਹ ਦੇਣੀ ਹੈ ਗ੍ਰਹਿ ਮੰਤਰਾਲੇ ਨੇ ਜੀ ਜਿਹੜੀ ਜਿਹੜਾ ਗ੍ਰਹਿ ਮੰਤਰਾਲਾ ਹੈ ਉਹ ਉਹਦਾ ਵੀਜ਼ਾ ਲਾਊਗਾ ਉਹਦਾ ਪਾਸਪੋਰਟ ਹੋਊਗਾ ਜਿਹੜੀ ਕਾਨੂੰਨੀ ਪ੍ਰਕਿਰਿਆ ਚਾਹੇ ਉਹ ਮਿਨਿਸਟਰ ਨੇ ਬਹੁਤ ਵੱਡੇ ਕੱਦ ਪੁੱਤ ਦੇ ਆਦਮੀ ਹੈ ਚਾਹੇ ਉਹ ਮਿਨਿਸਟਰ ਹੈ ਅਗਰ ਉਹ ਪਾਕਿਸਤਾਨ ਜਾਣਗੇ ਤਾਂ ਜਿਹੜਾ ਉਹਨਾਂ ਦਾ ਸਾਰੀ ਕਾਨੂੰਨੀ ਪ੍ਰਕਿਰਿਆ ਨਾ ਉਹ ਕਰਨੀ ਹੈ ਗ੍ਰਹਿ ਮੰਤਰਾਲੇ ਨੇ ਉਹ ਪੰਜਾਬ ਸਰਕਾਰ ਨੇ ਜਾਂ ਕਾਂਗਰਸ ਪਾਰਟੀ ਨਹੀਂ ਕਰਨੀ ਨਹੀਂ ਕਰਨੀ ਬਿਲਕੁਲ ਹੁਣ ਜਿਹੜੀ ਗੱਲ ਤੁਹਾਡੀ ਸਿਆਸੀ ਹੈ ਵੀ ਕੀ ਕਾਂਗਰਸ ਪਾਰਟੀ ਉਹਦਾ ਸਾਥ ਦੇਊਗੀ ਕਾਂਗਰਸ ਪਾਰਟੀ ਨੇ 75% ਉਹਦਾ ਪਹਿਲਾਂ ਵੀ ਸਾਥ ਨਹੀਂ ਦਿੱਤਾ ਨਹੀਂ ਦਿੱਤਾ ਮੈਂ ਤਾਂ ਹੀ ਪੁੱਛਿਆ ਪਰ ਇਹ ਦੋ ਸ਼ੁਰੂਆਤ ਆਪਣੀ ਗੱਲ ਹੋਈ ਸੀ ਤਾਂ ਮੈਂ ਇਹਦੇ ਚ ਇਹੀ ਗੱਲ ਕਹਿਣ ਜਾ ਰਿਹਾ ਸੀ ਕਿ ਇਹ ਜਿਹੜਾ ਮੁੱਦਾ ਨਾ ਇਹ ਸਿਆਸੀ ਨਹੀਂ ਇਹ ਧਾਰਮਿਕ ਮੁੱਦਾ ਹੈ ਇਹ ਜਿਹੜਾ ਆਵਾਮ ਹੈ ਸਮੂਹ ਗੁਰਨਾਨਕ ਨਾਮ ਲੈਵਾ ਜਿਹੜੇ ਲੋਕ ਆ ਉਹਨਾਂ ਦੀਆਂ ਭਾਵਨਾਵਾਂ ਨਾਲ ਸਿੱਧੇ ਤੌਰ ਤੇ ਜੁੜਿਆ ਹੋਇਆ ਮੁੱਦਾ ਔਰ ਇਸ ਮੁੱਦੇ ਤੇ ਬਿਲਕੁਲ ਕੋਈ ਸ਼ਾਸਨ ਨਹੀਂ ਕਰਨੀ ਚਾਹੀਦੀ ਹੁਣ ਤੁਸੀਂ ਮੈਨੂੰ ਕਹੋਗੇ ਕਿ ਮੈਂ ਪਾਕਿਸਤਾਨ ਦੀ ਤਾਰੀਫ ਕਰਨਾ ਮੈਂ ਪਾਕਿਸਤਾਨ ਦੀ ਬਾਕੀ ਮਸਲੇ ਤਾਰੀਫ ਨਹੀਂ ਕਰਦਾ ਜੀ ਜੀ ਬਿਲਕੁਲ ਆਰਮੀ ਦੇ ਮਸਲੇ ਤੇ ਕੋਈ ਤਾਰੀਫ ਨਹੀਂ ਮੈਂ ਕਰਦਾ ਮੈਂ ਸਿਆਸੀ ਮਸਲੇ ਤੇ ਨਹੀਂ ਕਰਦਾ ਪਰ ਉਹਨਾਂ ਨੇ ਸਾਡੇ ਇੱਕ ਪੰਜਾਬ ਦੇ ਮੰਤਰੀ ਨੂੰ ਪੰਜਾਬ ਦੇ ਵਿਅਕਤੀ ਨੂੰ ਜਿਹੜਾ ਪਿਛਲੀ ਸੀਟ ਤੇ ਬੈਠਾ ਸੀ ਆਰਮੀ ਚੀਫ ਨੂੰ ਉਠਾ ਕੇ ਲਿਆਉਂਦਾ ਯੈਸ ਯੈਸ ਸਿੱਧੂ ਸਾਹਿਬ ਤੁਹਾਡੀ ਕੁਰਸੀ ਜਿਹੜੀ ਅੱਗੇ ਆ ਉਹਨੂੰ ਸਤਿਕਾਰ ਦੇ ਰਿਹਾ ਸਤਿਕਾਰ ਕੀ ਉਹ ਕਹਿੰਦਾ ਵੀ ਸਿਆਸੀ ਲੀਡਰ ਨਹੀਂ ਉਹ ਇਮਰਾਨ ਖਾਨ ਦੇ ਦੋਸਤ ਹੈ ਇਕੱਠੇ ਮਿੱਤਰਾਂ ਇਕੱਠੇ ਕ੍ਰਿਕਟ ਖੇਡਦੇ ਰਹੇ ਆ ਜਿਹੜਾ ਹੁਣ ਸਦਾਪੱਤਰ ਮਿਲਿਆ ਉਹਨਾਂ ਨੂੰ ਉਹ ਵੀ ਇਸੇ ਕਰਕੇ ਮਿਲਿਆ ਕਿ ਸਿੱਧੂ ਸਾਹਿਬ ਇਹ ਤੁਹਾਡੀ ਵਜ੍ਹਾ ਕਰਕੇ ਜਿਹੜਾ ਕੋਰੀਡੋਰ ਬਣਿਆ ਜਾ ਰਿਹਾ ਔਰ ਦੂਜੀ ਗੱਲ ਵੇਖੋ ਪਾਕਿਸਤਾਨ ਦੀ ਜਿਹੜੀ ਕੈਬਨਿਟ ਹੈ ਇਮਰਾਨ ਖਾਨ ਦੀ ਉਹ ਅੱਜ ਪੂਰੀ ਦੁਨੀਆ ਦੇ ਚਰਚਾ ਵਿੱਚ ਹੈਗੀ ਕਿਉਂ ਕਿ ਪਾਕਿਸਤਾਨ ਦਿਵਾਲੀਆ ਹੋ ਚੁੱਕਾ ਹੈ ਪਾਕਿਸਤਾਨ ਦੇ ਕੋਲ ਆਪਦੇ ਮੁਲਾਜ਼ਮਾਂ ਨੂੰ ਤਨਖਾਹ ਦੇਣ ਵਾਸਤੇ 1 ਰੁਪਿਆ ਤੱਕ ਨਹੀਂ ਪਾਕਿਸਤਾਨ ਦੀ ਡਿਵੈਲਪਮੈਂਟ ਵਾਸਤੇ ਉਹਦੇ ਕੋਲ ਕੋਈ ਇੱਕ ਫੰਡ ਨਹੀਂ ਕੋਈ ਰੁਪਿਆ ਨਹੀਂ ਔਰ ਜਿਹੜਾ ਉਹਨਾਂ ਨੇ ਇੱਕ ਪੁਲ ਉਸੇ ਬਣਾਉਣਾ ਨਾ ਉਹਦੇ ਵਾਸਤੇ ਉਹਨਾਂ ਨੇ 10-10 ਰੁਪਏ 15-15 ਰੁਪਏ ਆਵਾਮ ਤੋਂ ਇਕੱਠੇ ਕਰਨੇ ਸ਼ੁਰੂ ਕੀਤੇ ਆ ਤੇ ਪੁਲ ਕਿੱਥੇ ਬਣਾਉਣਾ ਡੇਕ ਨਾਲੇ ਤੇ ਆਹ ਜਿਹੜਾ ਕਰਤਾਰਪੁਰ ਸਾਹਿਬ ਨੂੰ ਜਿਹੜਾ ਲੰਘਾ ਜਾਣਾ ਜਿਹੜੀ ਪਹਿਲ ਕਦਮੀ ਹੈ ਪਾਕਿਸਤਾਨ ਦੀ ਕੈਬਨਿਟ ਦੀ ਪਾਕਿਸਤਾਨ ਦੇ ਲੋਕਾਂ ਦੀ ਮੈਂ ਉਹਨੂੰ ਐਪਰੀਸ਼ੀਏਟ ਕਰਦਾ ਰਾਜੇ ਜੀ ਸਿੱਧੂ ਸਾਹਿਬ ਦਾ ਵੀ ਇੱਕ ਬਿਆਨ ਆਇਆ ਸੀ ਉਹਨਾਂ ਨੇ ਬਕਾਇਦਾ ਤੌਰ ਤੇ ਸਰਪਾਰ੍ਹ ਸਰਕਾਰ ਦਾ ਧੰਨਵਾਦ ਕੀਤਾ ਉਹਨਾਂ ਨੇ ਨਹੀਂ ਧੰਨਵਾਦ ਕਰਨਾ ਬੰਦ ਹੈ ਜੋ ਕੁਝ ਉਹਨਾਂ ਨੇ ਕੀਤਾ ਨਾ ਹਾਂ ਅੱਛਾ ਉਹ ਉਸ ਬਿਆਨ ਤੋਂ ਬਾਅਦ ਰਾਜਾ ਜੀ ਸਿੱਧੂ ਸਾਹਿਬ ਦਾ ਜਿਹੜਾ ਗ੍ਰਾਫ ਸੀ ਇੱਕਦਮ ਉੱਪਰ ਚਲਾ ਗਿਆ ਹਾਂ ਉੱਪਰ ਚਲਾ ਗਿਆ ਉਹ ਇਸ ਕਰਕੇ ਸੀ ਨਾ ਕਿ ਹੁਣ ਇੱਕ ਦੌੜ ਲੱਗ ਗਈ ਜੀ ਸਿੱਧੂ ਦੇ ਵਿੱਚ ਤੇ ਬੀਜੇਪੀ ਦੇ ਬੀਜੇਪੀ ਦੇ ਕਿਉਂ ਸਿੱਧੂ ਸਾਹਿਬ ਬੀਜੇਪੀ ਜੋ ਆਏ ਹੈ ਜੀ ਉਹਨਾਂ ਦੀ ਵਾਈਫ ਬੀਜੇਪੀ ਜੋ ਆਈ ਹੈ ਉਹ ਕਾਂਗਰਸੀ ਬਣ ਗਿਆ ਹੁਣ ਹੁਣ ਉਹ ਕਹਿੰਦੇ ਵੀ ਕਿਤੇ ਇਹਦਾ ਸਾਰੇ ਦਾ ਸਾਰਾ ਜਿਹੜਾ ਕ੍ਰੈਡਿਟ ਹੈ ਹਾਂ ਹੁਣ ਇੱਕ ਇਲਜ਼ਾਮ ਬਹੁਤ ਵੱਡਾ ਸੋਤਾ ਸਾਹਿਬ ਜਿਹੜਾ ਭਾਰਤ ਸਰਕਾਰ ਤੇ ਲੱਗ ਰਿਹਾ ਸੀ ਨਾ ਕਿ ਜਦੋਂ ਪਾਕਿਸਤਾਨ ਦੀ ਕੈਬਨਿਟ ਨੇ ਪੈਸੇ ਰੱਖਦੇ ਉਹਨਾਂ ਨੇ ਆਪਦਾ ਕੋਰੀਡੋਰ ਬਣਾਉਣ ਲਈ ਕੈਬਨਿਟ ਦੇ ਵਿੱਚ ਮਤਾ ਪਾਸ ਕਰਤਾ ਆਪਦੇ ਰਾਸ਼ਟਰਪਤੀ ਤੋਂ ਉਹਨਾਂ ਨੇ ਮਨਜ਼ੂਰੀ ਲੈ ਲਈ ਆਰਮੀ ਚੀਫ ਜਿਹੜਾ ਉਹਨੇ ਉਹਨੂੰ ਮਨਜ਼ੂਰੀ ਦੇਤੀ ਔਰ ਮੈਂ ਦਰਸ਼ਕਾਂ ਦੀ ਜਾਣਕਾਰੀ ਹਿਤ ਇੱਕ ਗੱਲ ਜੂੜ ਦੱਸੂਗਾ ਕਿ ਜਿਹੜੀ ਆਰਮੀ ਹੈ ਨਾ ਜੀ ਉਹ ਚਾਹੇ ਚੁਣੀ ਸਰਕਾਰ ਹੈ ਪਾਕਿਸਤਾਨ 'ਚ ਚਾਹੇ ਉਥੇ ਡਿਕਟੇਟਰਸ਼ਿਪ ਹੈ ਚਾਹੇ ਉਥੇ ਜਰਨਲ ਦਾ ਰਾਜ ਹੈ ਆਰਮੀ ਆਲੇ ਨਾਲ ਹੁੰਦੀ ਓਕੇ ਬਿਲਕੁਲ ਪਾਕਿਸਤਾਨ ਨਹੀਂ ਕਾਨੂੰਨਨ ਬਿਲਕੁਲ ਆਰਮੀ ਦੀ ਜਿਹੜੀ ਅਕੋਰਡਿੰਗ ਟੂ ਲਾ ਹਾਂ ਅਕੋਰਡਿੰਗ ਟੂ ਲਾ ਜਿਹੜਾ ਆਰਮੀ ਚੀਫ ਹੈ ਨਾ ਪ੍ਰਧਾਨ ਮੰਤਰੀ ਨੂੰ ਰਾਸ਼ਟਰਪਤੀ ਨੂੰ ਉਹ ਇੱਕ ਤਰ੍ਹਾਂ ਦਾ ਤੀਜੇ ਦਰਜੇ ਦਾ ਮਤਲਬ ਕਿ ਜਿਹੜਾ ਪ੍ਰਧਾਨ ਮੰਤਰੀ ਹੈ ਜਿਹੜਾ ਆਰਮੀ ਚੀਫ ਹੈ ਮਤਲਬ ਦਿਸ਼ਾ ਨਿਰਦੇਸ਼ ਜਿਹੜਾ ਆਰਮੀ ਵੱਲੋਂ ਆਉਂਦੇ ਹੈ ਨਹੀਂ ਕੋਈ ਜਿਹੜੇ ਮਤੇ ਪਾਸ ਹੁੰਦੇ ਹੈ ਨਾ ਜੇ ਆਪਣੀ ਆਪਾ ਡੈਮੋਕਰੇਟਿਕਾਂ ਜੀ ਕੈਬਨਟ ਦੇ ਵਿੱਚ ਪਾਸ ਹੋ ਗਿਆ ਉਹ ਸਾਰੇ ਲੋਕਾਂ ਨੂੰ ਮੰਨਣਾ ਪੈਂਦਾ ਹੈ ਪਾਕਿਸਤਾਨ ਜਹਾਨੀ ਪਾਕਿਸਤਾਨ ਚ ਕੈਬਨਟ ਦਾ ਜਿਹੜਾ ਮਤਾ ਕੋਈ ਵੀ ਹੈ ਉਹਨੂੰ ਆਰਮੀ ਚੀਫ ਦੀ ਮਨਜ਼ੂਰੀ ਲੈਣੀ ਪੈਂਦੀ ਹੈ ਪ੍ਰਾਇਰ ਜਾਂ ਬਾਅਦ ਚ ਚਾਹੇ ਉਹ ਪਹਿਲਾਂ ਮਨਜ਼ੂਰੀ ਲੈਣ ਚਾਹੇ ਉਹ ਬਾਅਦ ਉਨੀ ਦੇਰ ਤੱਕ ਉਹ ਕਾਨੂੰਨ ਨਹੀਂ ਬਣ ਸਕਦਾ ਜਿੰਨਾ ਚਿਰ ਪਾਕਿਸਤਾਨ ਦਾ ਆਰਮੀ ਚੀਫ ਜਿਹੜਾ ਉਹਨੂੰ ਬਕਾਇਦਾ ਤੌਰ ਤੇ ਮਨਜ਼ੂਰੀ ਨਹੀਂ ਦਿੰਦਾ ਭਾਰਤ ਦੇ ਲੋਕਾਂ ਨੂੰ ਇਸ ਗੱਲ ਦਾ ਪਤਾ ਨਹੀਂ ਕਿਉਂ ਇਹ ਜਿਹੜਾ ਵਾਅਦਾ ਕੀਤਾ ਸੀ ਨਾ ਸਿੱਧੂ ਸਾਹਿਬ ਨਾਲ ਉਹ ਇਮਰਾਨ ਖਾਨ ਨੇ ਆਪਦੀ ਸੌਂਚ ਚੱਕਣ ਤੋਂ ਬਾਅਦ ਨਹੀਂ ਸੀ ਕੀਤਾ ਇਹ ਆਰਮੀ ਚੀਫ ਨੇ ਕੀਤਾ ਸੀ ਚੀਫ ਨੇ ਕੀਤਾ ਸੀ ਯੈਸ ਇਸ ਕਰਕੇ ਜਿਹੜੀ ਇਹਦੀ ਵੈਲਿਡਿਟੀ ਹੈ ਨਾ ਇਹਦੀ ਜਿਹੜੀ ਵੈਲਿਡਿਟੀ ਮੈਂ ਕਹਾਂਗਾ ਕਿ ਜਿਹੜੀ ਇਹਦੀ ਸਾਰਥਕਤਾ ਹੈ ਇਸ ਮੁੱਦੇ ਦੀ ਜੇ ਪ੍ਰਧਾਨ ਮੰਤਰੀ ਨੇ ਕਿਹਾ ਹੁੰਦਾ ਨਾ ਇਮਰਾਨ ਖਾਨ ਨੇ ਸ਼ਾਇਦ ਉਹ ਮੁੱਕਰ ਜਾਂਦਾ ਮੁੱਕਰ ਜਾਂਦਾ ਜੇ ਕਿਸੇ ਹੋਰ ਲੀਡਰ ਨੇ ਕਿਹਾ ਹੁੰਦਾ ਤਾਂ ਉਹਤੇ ਵਿਸ਼ਵਾਸ ਨਹੀਂ ਸੀ ਕੀਤਾ ਜਾ ਸਕਦਾ ਪਰ ਕਿਉਂਕਿ ਇਹ ਆਰਮੀ ਚੀਫ ਦੁਆਰਾ ਕੀਤਾ ਗਿਆ ਵਾਅਦਾ ਸੀ ਤੇ ਉਹ ਸਾਰਾ ਆਰਮੀ ਚੀਫ ਨੇ ਨਿਭਾਇਆ ਆਰਮੀ ਚੀਫ ਦੇ ਕੀਤੇ ਗਏ ਵਾਅਦੇ ਨੂੰ ਪਾਕਿਸਤਾਨ ਦੀ ਸਰਕਾਰ ਵੀ ਨਾ ਮਨਜ਼ੂਰ ਨਹੀਂ ਕਰ ਸਕਦੀ ਉਹਨਾਂ ਨੇ ਫੰਡ ਰੱਖਤਾ ਆਪਦੀ ਕੈਬਨਟ ਜਮਤਾ ਪਾਸ ਕਰਤਾ ਉਹਦੀ ਪ੍ਰਾਇਰ ਅਪਰੂਵਲ ਹੋ ਗਈ ਉਹਦੀ ਆਰਮੀ ਚੀਫ ਦੀ ਉਸ ਤੋਂ ਬਾਅਦ ਜਿਹੜੀ ਹੁਣ ਗੇਂਦ ਸੀ ਨਾ ਉਹ ਭਾਰਤ ਦੇ ਪਾਲੇ ਵਿੱਚ ਸੀ ਔਰ ਭਾਰਤ ਦੇ ਉੱਤੇ ਐਡਾ ਵੱਡਾ ਦਬਾਅ ਸੀ ਬੀਜੇਪੀ ਵੱਲੋਂ ਵੀ ਜਿਹੜੋ ਬੀਜੇਪੀ ਜੀ ਬਹੁਤ ਸਾਰੇ ਸਿੱਖ ਗੁਰੂਆਂ ਦੇ ਨਾਮ ਲਿਆ ਹੈਗੇ ਆ ਬਿਲਕੁਲ ਕਾਂਗਰਸ ਵੱਲੋਂ ਵੀ ਆਵਾਮ ਵੱਲੋਂ ਵੀ ਵੀ ਯਾਰ ਜੇ ਪਾਕਿਸਤਾਨ ਨੇ ਕੁਝ ਕਰ ਸਕਦਾ ਹੈ ਤੇ ਸਾਡਾ ਤਾਂ ਮੁਲਕ ਹੈ ਸਾਡਾ ਤਾਂ ਬਾਬਾ ਨਾਨਕ ਹੈ ਅਸੀਂ ਤਾਂ ਕਲੇਮ ਕਰਦੇ ਆਂ ਕਿ ਗੁਰੂ ਨਾਨਕ ਸਾਹਿਬ ਸਾਡੇ ਆ ਤਾਂ ਅਸੀਂ ਕਿਉਂ ਨਹੀਂ ਹੁਣ ਬੀਜੇਪੀ ਦੇ ਮੈਂ ਕਹਾਂ ਸੱਪ ਦੇ ਮੂੰਹ ਚ ਕੋੜ ਕੇ ਰਲੀ ਸੀ ਬਿਲਕੁਲ ਇਸ ਕਰਕੇ ਉਹਨਾਂ ਨੂੰ ਮਜਬੂਰੀ ਅੱਛਾ ਫੇਰ ਕਰਨ ਲੱਗੇ ਫੇਰ ਗੱਫਾ ਹੀ ਦਿੱਤਾ ਜਿਹਦਾ ਮੈਂ ਸਵਾਗਤ ਕਰਦਾ ਬਿਲਕੁਲ ਅੱਛਾ ਲੱਗਾ ਸੁਲਤਾਨਪੁਰ ਲੋਧੀ ਵਿੱਚ ਵੀ ਉਹਨਾਂ ਨੇ ਕਿਹਾ ਕਿ ਅਸੀਂ ਇਹ ਮਨਾਵਾਂਗੇ ਫੰਡ ਵੀ ਜਿੱਤੇ ਹੈਗੇ ਆ ਗ੍ਰਹਿ ਮੰਤਰਾਲੇ ਨੂੰ ਵੀ ਕਿਹਾ ਹੈਗਾ ਬੜਾ ਕੁਝ ਮਤਲਬ ਕਿ ਅਰੁਣ ਜੈਦਰੀ ਨੇ ਜੋ ਪ੍ਰੈਸ ਕਾਨਫਰੰਸ ਚ ਬੋਲ ਉਹ ਤੋਂ ਆਪਾਂ ਤਫਸੀਲ ਚ ਲੰਬਾ ਹੋ ਗਿਆ ਉਹਦੇ ਵਿੱਚ ਨਹੀਂ ਜਾਣਾਗਾ ਇੱਕ ਸਭ ਤੋਂ ਵੱਡੀ ਗੱਲ ਜਿਹੜੀ ਹੋਰ ਬਾਬੇ ਨਾਨ ਸਤਕਾਰ ਵਿੱਚ ਮੈਂ ਜਰੂਰ ਤੁਹਾਡੀ ਮੈਨੂੰ ਤੁਸੀਂ ਉਤਾਵਲੇ ਹੋ ਰਹੇ ਹੋ ਮੈਨੂੰ ਲੱਗਾ ਵਕਤ ਟਾਈਮ ਦਾ ਥੋੜਾ ਜਿਹਾ ਹੈਗਾ ਤਾਂ ਇੱਕ ਜਿਹੜੀ ਸਭ ਤੋਂ ਵੱਡੀ ਗੱਲ ਮੈਂ ਕਹਿਣੀ ਚਾਹਾਂਗਾ ਜੀ ਕਿ ਜਿਹੜੀ ਟ੍ਰੇਨ ਐਕਸਪ੍ਰੈਸ ਟ੍ਰੇਨ ਜਿਹੜੀ ਹੈ ਨਾ ਉਥੋਂ ਦੋ ਲੰਘਦੀਆਂ ਤਿੰਨ ਜੀ ਕਰਤਾਰਪੁਰ ਸਾਹਿਬ ਦੇ ਇਲਾਕਿਆਂ ਬਿਲਕੁਲ ਡੇਢ ਕਿਲੋਮੀਟਰ ਨਾ ਕਿਲੋਮੀਟਰ ਹੈ ਕਿਲੋਮੀਟਰ ਤੇ ਇੱਕ ਛੋਟਾ ਜਿਹਾ ਸਟੇਸ਼ਨ ਹੈ ਜਿਹੜੇ ਬਹੁਤ ਬੀਆਵਾਨ ਪਿਆ ਹੁੰਦਾ ਉਜਾੜ ਹੁੰਦਾ ਉਹਦਾ ਨਾਂ ਝੱਜੜ ਚੱਜੜ ਹਾਂ ਚੱਜੜ ਸਟੇਸ਼ਨ ਹੈ ਜਿਹੜਾ ਕਰਤਾਰਪੁਰ ਸਾਹਿਬ ਦੇ ਗੁਰਦੁਆਰੇ ਨੂੰ ਲੱਗਦਾ ਕੀ ਬਾਤ ਹੈ ਉੱਥੋਂ ਦੀ ਜੋ ਨਵਾਜ਼ ਸ਼ਰੀਫ ਸੀਗੇ ਤਾਂ ਰੇਲਵੇ ਮੰਤਰਾਲੇ ਨੂੰ ਲਿਖ ਕੇ ਸ਼ਪਾਰਸ਼ ਭੇਜੀ ਪ੍ਰਧਾਨ ਮੰਤਰੀ ਨੂੰ ਕਿ ਇੱਥੇ ਕੋਈ ਯਾਤਰੀ ਨਹੀਂ ਹੁੰਦਾ ਇੱਥੇ ਕੋਈ ਟਿਕਟ ਨਹੀਂ ਵਿਕਦੀ ਤੇ ਜਿਹੜੀਆਂ ਲੰਬੇ ਰੂਟ ਦੀਆਂ ਜਿਹੜੀਆਂ ਫੈਸਲਾਬਾਦ ਤੋਂ ਲਾਹੌਰ ਤੋਂ ਜਿਹੜੇ ਟ੍ਰੇਨਾਂ ਜਾਂਦੀਆਂ ਨਾ ਵੀ ਉਹ ਇੱਥੇ ਨਾ ਖੜਨ ਉਹਨੂੰ ਖੜਨ ਦਾ ਇੱਥੇ ਫਾਇਦਾ ਕੋਈ ਨਹੀਂ ਹੋਰ ਜਿਹੜੇ ਸਟੇਸ਼ਨ ਹੁੰਦੇ ਨਹੀਂ ਖੜਦੀਆਂ ਉਹ ਤਾਂ ਜਿਹੜੇ ਉਸ ਦਾ ਆਰਮੀ ਚੀਫ ਸੀ ਨਾ ਉਦੋਂ ਉਦੋਂ ਗ੍ਰਹਿ ਮੰਤਰੀ ਉਹ ਕਹਿੰਦਾ ਇੱਥੇ ਯਾਤਰੀ ਕੋਈ ਹੋਵੇ ਨਾ ਹੋਵੇ ਚਾਹੇ ਯਾਤਰੀ ਨਾ ਹੋਵੇ ਇੱਥੇ ਟ੍ਰੇਨ ਰੁੱਕ ਕੇ ਜਾਊਗੀ ਆਹਾ ਉਹ ਕਿਉਂ ਉਹ ਕਹਿੰਦਾ ਇੱਥੇ ਬਾਬੇ ਨਾਨਕ ਬਾਬੇ ਨਾਨਕ ਪੀਰ ਦੀ ਜਗ੍ਹਾ ਟ੍ਰੇਨ ਸਤਕਾਰ ਵਜੋਂ ਰੁਕੂਗੀ ਨਾ ਕਿ ਯਾਤਰੀ ਲੈਣ ਵਾਸਤੇ ਉਹ ਬਹੁਤ ਅੱਛਾ ਬਿਆਨ ਹੈ ਬਹੁਤ ਅੱਛਾ ਬਹੁਤ ਅੱਛਾ ਉਹ ਜਿਹੜੀਆਂ ਟ੍ਰੇਨ ਹਨਾ ਹਾਂ ਨਹੀਂ ਉਹ ਟ੍ਰੇਨ ਰੁੱਕ ਜਾਂਦੀਆਂ ਅੱਥੀ ਲਈ ਕਿਉਂਕਿ ਸਿੱਖ ਉੱਥੇ ਹੈ ਨਹੀਂ ਆਸ-ਪਾਸੇ ਮੁਸਲਮਾਨ ਹੈ ਕਦੇ ਕੋਈ ਟਾਵਾ ਇੱਕ ਅਦਾ ਯਾਤਰੀ ਹੁੰਦਾ ਉੱਥੇ ਤੇ ਪਰ ਟ੍ਰੇਨ ਰੁਕਦੀ ਹੈ ਇੱਕ ਸੈਕੰਡਰੀ ਰੁਕੇ ਦੋ ਸੈਕਟਰ ਰੁਕੇ ਕੋਈ ਅਤਰੀ ਚੜੇ ਨਾ ਚੜੇ ਕੋ ਟਿਕਟ ਲਵੇ ਨਾ ਲਵੇ ਕੋਈ ਉਥੇ ਟ੍ਰੇਨ ਰੁਕੇਗੀ ਟ੍ਰੇਨ ਰੁਕੂਗੀ ਕਾਨੂੰਨ ਹੈ ਪਾਕਿਸਤਾਨ ਦਾ ਕੀ ਬਾਤ ਹੈ ਇਹ ਹੈ ਬਾਬੇ ਨਾਨਕ ਪ੍ਰਤੀ ਪਾਕਿਸਤਾਨ ਦੇ ਆਵਾਮ ਦਾ ਤੇ ਪਾਕਿਸਤਾਨ ਦੇ ਲੋਕਾਂ ਦਾ ਸਤਿਕਾਰ ਤੇ ਸਾਡਾ ਕੀ ਸਤਿਕਾਰ ਹੈ ਅਸੀਂ ਉਹਨੂੰ ਸਿਆਸੀ ਖਾੜਾ ਬਣਾ ਲਿਆ ਵੀ ਸਿੱਧੂ ਨਾ ਹੁਣ ਲੈ ਜਾਏ ਕਿਤੇ ਉਹਦਾ ਕ੍ਰੈਡਿਟ ਕਦੇ ਅਰਣ ਜੇਤਲੀ ਸਾਹਿਬ ਨਾਲ ਲੈ ਜਾਣ ਤੇ ਬੀਬਾ ਬਾਦਲ ਕਹਿੰਦੀ ਉਹ ਸਾਰਾ ਉਤੋਂ ਡੱਬ ਗਈ ਹਾਂ ਉਹ ਕਦੀ ਵੀ ਮੈਂ ਕਰਾਇਆ ਸਾਰਾ ਕੁਝ ਦੇਖੋ ਜਿਹੜੀ ਇੱਕ ਕ੍ਰੈਡਿਟ ਲਾਈਨ ਦੀ ਮਨਛਾ ਨਾ ਇਹਨਾਂ ਲੋਕਾਂ ਦੀ ਇਹ ਬਹੁਤ ਮਾੜਾ ਜਿਹੜਾ ਇੱਕ ਫੈਕਟਰ ਹੈ ਜਦੋਂ ਚੰਗੀ ਗੱਲ ਹੋ ਰਹੀ ਹੈ ਨਾ ਚੰਗੇ ਨੂੰ ਚੰਗਾ ਕਹਿਣਾ ਇਹ ਸੋਤਾ ਸਾਹਿਬ ਬਹੁਤ ਔਖਾ ਜਿਹੜਾ ਕੰਮ ਹੈ ਬਿਲਕੁਲ ਬਿਲਕੁਲ ਰਾਜਾ ਜੀ ਵੈਸੇ ਤਾਂ ਸਮਾਂ ਜਿਹੜਾ ਉਹ ਇਜਾਜ਼ਤ ਨਹੀਂ ਦੇ ਰਿਹਾ ਲੇਕਿਨ ਗੱਲਾਂ ਤਾਂ ਇਹਨਾਂ ਦੀਆਂ ਜਦੋਂ ਸੁਣਨ ਬੈਜੇ ਤਾਂ ਪੂਰਾ ਇਤਿਹਾਸ ਪਤਾ ਲੱਗਦਾ ਹੈ ਕਿ ਅਸਲ ਵਿੱਚ ਇਸ ਗੱਲ ਦੀ ਇਹ ਬੈਕਗ੍ਰਾਉਂਡ ਹੈ ਇੱਥੋਂ ਸ਼ੁਰੂ ਹੋਈ ਸੀ ਔਰ ਇੱਥੇ ਜਾ ਕੇ ਖਤਮ ਹੋਣੀ ਚਾਹੀਦੀ ਸੀ ਪਰ ਵਿੱਚੇ ਲਟਕ ਰਹੀ ਹੈ ਔਰ ਇਸ ਸਮੇਂ ਅੱਜ ਦੇ ਵਿਸ਼ੇ ਦੇ ਵਿੱਚ ਨਿਸ਼ਾਨਦੇਹੀ ਮੁੱਦੇ ਦੇ ਵਿੱਚ ਸ਼੍ਰੀ ਕਰਤਾਰਪੁਰ ਸਾਹਿਬ ਦੇ ਲਾਂਘੇ ਤੇ ਜਿਹੜੀ ਗੱਲਬਾਤ ਹੋਈ ਹੈ ਸਾਡੀ ਔਰ ਹਰ ਇੱਕ ਪਾਰਟੀ ਆਪਣੇ ਹਿਸਾਬ ਦੇ ਨਾਲ ਉਸ ਦਾ ਕ੍ਰੈਡਿਟ ਲੈਣਾ ਚਾਹੁੰਦੀ ਹੈ ਹਾਲਾਂਕਿ ਰਾਜਾ ਜੀ ਨੇ ਕਿਹਾ ਕਿ ਇਹ ਤਾਂ ਇੱਕ ਮਤਲਬ ਕਹਿ ਸਕਦੇ ਹਾਂ ਕਿ ਗਿਫਟ ਦਿੱਤਾ ਗਿਆ ਸੰਗਤ ਨੂੰ ਉਹ ਗਿਫਟ ਜਿਸ ਦਾ ਉਹ ਸਦੀਆਂ ਤੋਂ ਇੰਤਜ਼ਾਰ ਕਰ ਰਹੇ ਸੀ ਔਰ ਇਸ ਤੇ ਹੁਣ ਮਤਲਬ ਜਿਹੜਾ ਕ੍ਰੈਡਿਟ ਲੈਣ ਦੇਣ ਦਾ ਸਿਲਸਿਲਾ ਉਹ ਨਹੀਂ ਹੋਣਾ ਚਾਹੀਦਾ ਸਗੋਂ ਕਿ ਦੋਨਾਂ ਮੁਲਕਾਂ ਨੇ ਇਹ ਜਿਹੜਾ ਕਦਮ ਚੁੱਕਿਆ ਹੈ ਆਉਣ ਵਾਲੇ ਭਵਿੱਖ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਰਿਸ਼ਤੇ ਐ ਜਿਹੜੇ ਨਫ਼ਰਤ ਭਰੇ ਰਿਸ਼ਤੇ ਸੀ ਉਹ ਰਿਸ਼ਤੇ ਹੁਣ ਮਿਠਾਸ ਵਿੱਚ ਬਦਲਣਾ ਸ਼ੁਰੂ ਹੋ ਜਾਣਗੇ ਰਾਜਾ ਜੀ ਥੈਂਕ ਯੂ ਵੈਰੀ ਮਚ ਬਹੁਤ ਬਹੁਤ ਸ਼ੁਕਰੀਆ ਤੁਸੀਂ ਆਏ ਔਰ ਟਾਈਮ ਕੱਢਿਆ ਸੋ ਦੋਸਤੋ ਇਹ ਸੀ ਅੱਜ ਦੀ ਇੱਕ ਛੋਟੀ ਜਹੀ ਡਿਸਕਸ਼ਨ ਕੱਲ ਕਿਸੇ ਨਵੇਂ ਮਹਿਮਾਨ ਦੇ ਨਾਲ ਫਿਰ ਰੂਬਰੂ ਹੋਵਾਂਗਾ ਉਦੋਂ ਤੱਕ ਤੁਸੀਂ ਜੁੜੇ ਰਹੋ ਏਵਨ ਪੰਜਾਬੀ ਟੀਵੀ ਦੇ ਨਾਲ